ਅਪਰਾਧ ਹੁੰਦੇ ਨੇ ਉਹ ਅਪਰਾਧ ਜ਼ਿੰਦਗੀ ਵਿੱਚ ਕੀਤੇ ਹੋਏ ਹੋਰ ਕਿਤੇ ਮਿਟਦੇ ਨਹੀਂ। ਜੇ ਸੰਗਤ ਵਿੱਚ ਬਹਿ ਕੇ ਕੋਈ ਨਾਮ ਜਪ ਲਿਆ ਉਹਦੇ ਪਾਪ ਮਿਟ ਜਾਂਦੇ, ਜੇ ਕੋਈ ਸੰਗਤ ਵਿੱਚ ਬਹਿ ਕੇ ਸੁਰਤ ਜੋੜ ਕੇ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖੋ ਸਤਨਾਮ ਸ੍ਰੀ, ਉਹਦੇ ਪਾਪ ਮਿਟ ਸਕਦੇ ਨੇ। ਪਰ ਬਾਦਸ਼ਾਹ ਕਹਿੰਦੇ ਭਾਈ ਸਾਰੇ ਬੰਦੇ ਨੀ ਜਪ ਸਕਦੇ, ਕਿਤੇ ਲਿਖਿਆ ਹੋਇਆ ਤਾਂ ਸੁਖਮਨੀ ਸਾਹਿਬ ਦਾ ਪਾਠ ਪੜੋ। ਉਹਦੇ ਵਿੱਚ ਮਹਾਰਾਜ ਕਹਿੰਦੇ ਕੋਟ ਅਪਰਾਧ, ਕੋਟ ਦਾ ਅਰਥ ਕਰੋੜਾਂ, ਕਹਿੰਦੇ ਕਰੋੜਾਂ ਕੀਤੇ ਅਪਰਾਧ, ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁਟੇ। ਭਾਈ ਕਰੋੜਾਂ ਅਪਰਾਧ ਸੰਗਤ ਵਿੱਚ ਬਹਿ ਕੇ ਮਿਟ ਜਾਂਦੇ ਨੇ ਜੇ ਸਾਧੂ ਦੀ ਸੰਤ ਦੀ ਗੁਰੂ ਦੀ ਕਿਰਪਾ ਹੋ ਜਾਏ। ਕਹਿੰਦੇ ਉਹ ਜਮਾ ਤੋਂ ਵੀ ਬੰਦਾ ਛੁੱਟ ਜਾਂਦਾ ਮਹਾਰਾਜ, ਫਿਰ ਸਾਰੇ ਬੰਦੇ ਨੀ ਸੰਗਤ ਵਿੱਚ ਆ ਸਕਦੇ? ਕਹਿੰਦੇ ਨਹੀਂ, ਸੰਤ ਕਿਰਪਾ ਤੇ ਜਮ ਤੇ ਛੁਟੇ। ਭਾਈ ਅਗਲੀ ਗੱਲ, ਜਾਗੇ ਮਸਤਕ ਕਰਮ ਪ੍ਰਭ ਪਾਏ ਸਾਧ ਸ਼ਰਨ ਨਾਨਕ ਦੇ ਆਏ। ਜਿਹਦੇ ਮੱਥੇ ਦੇ ਭਾਗ ਚੰਗੇ ਉਹ ਬੰਦਾ ਸੰਗਤ ਵਿੱਚ ਆਉਂਦਾ ਹੈ, ਜੇ ਮਸਤਕ ਦੇ ਭਾਗ ਵੱਡੇ ਨਾ ਹੋਣ, ਭਾਗ ਲੜੀ ਕਮਜ਼ੋਰ ਹੋਵੇ ਸਾਧ ਸੰਗਤ, ਉਹਨੂੰ ਕੋਈ ਕੰਮ ਪੈ ਜਾਏਗਾ ਸੰਗਤ ਵਿੱਚ ਆ ਹੀ ਨਹੀਂ ਸਕਦਾ। ਇੱਕ ਬੰਦਾ ਗੁਰਦੁਆਰਿਓਂ ਪੌੜੀਆਂ ਕਾਹਲੀ ਨਾਲ ਉੱਤਰ ਰਿਹਾ ਸੀ, ਉਹਦਾ ਕੋਈ ਮਿੱਤਰ ਪੌੜੀਆਂ ਤੇ ਮਿਲ ਪਿਆ। ਉਹਨੇ ਕਿਹਾ ਕੀ ਗੱਲ, ਛੇਤੀ ਮੁੜ ਚੱਲੇ, ਘਰੀ ਘੰਟਾ ਬਹਿ ਲੈਣਾ ਸੀ, ਕਥਾ ਕੀਰਤਨ ਹੋ ਰਿਹਾ ਹੈ, ਸਮਾਪਤੀ ਤੇ ਚੱਲਾਂਗੇ। ਤਾਂ ਉਹ ਕਹਿੰਦਾ ਨਹੀਂ, ਮੈਨੂੰ ਤਾਂ ਅੱਜ ਬਹੁਤ ਜ਼ਰੂਰੀ ਕੰਮ ਹੈ। ਕਹਿੰਦਾ ਮੈਨੂੰ ਤਾਂ ਅੱਜ ਬਹੁਤ ਜ਼ਰੂਰੀ ਕੰਮ ਹੈ, ਮੈਂ ਤਾਂ ਬਹੁਤ ਜ਼ਰੂਰੀ ਕੰਮ ਜਾਣਾ ਹੈ। ਕਹਿੰਦੇ ਚਲੋ ਠੀਕ ਹੈ। ਉਹ ਚਲਾ ਗਿਆ ਤੇ ਉਹਦਾ ਮਿੱਤਰ ਪੌੜੀਆਂ ਚੜ ਕੇ ਗੁਰਦੁਆਰੇ ਆ ਗਿਆ। ਸਤਸੰਗ ਤੋਂ ਹੀ ਅੱਧਾ ਪੌਣਾ ਘੰਟਾ ਕੀਰਤਨ ਕਥਾ ਹੋਇਆ, ਅਰਦਾਸ ਹੁਕਮਨਾਮਾ ਹੋਇਆ, ਕੜਾ ਪ੍ਰਸ਼ਾਦੀ ਦੇਖ ਲਈ। ਜਦੋਂ ਪ੍ਰਸ਼ਾਦ ਲੈ ਕੇ ਉਹ ਗੁਰਦੁਆਰੇ ਤੋਂ ਬਾਹਰ ਨਿਕਲਿਆ ਤਾਂ ਸਤਸੰਗ ਪਾਰਕਿੰਗ ਵਿੱਚ ਕੀ ਵੇਖਦਾ, ਕੋਈ ਉਹ ਬੰਦਾ ਜਿਹੜਾ ਕਹਿੰਦਾ ਸੀ ਮੈਨੂੰ ਤਾਂ ਬਹੁਤ ਜ਼ਰੂਰੀ ਕੰਮ ਹੈ, ਉਹ ਕਿਸੇ ਨਾਲ ਖਲੋਤਾ ਗੱਲਾਂ ਕਰ ਰਿਹਾ। ਉਹਨੂੰ ਕਹਿੰਦਾ ਤੂੰ ਯਾਰ ਇੱਥੇ ਹੀ ਖੜਿਆ, ਤੂੰ ਕਹਿੰਦਾ ਸੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਕਹਿੰਦਾ ਕੰਮ ਤਾਂ ਜ਼ਰੂਰੀ ਸੀ, ਮੂਹਰਿਓਂ ਇਹ ਮਿਲ ਪਏ, ਫਿਰ ਗੱਲਾਂ ਚੱਲ ਪਈਆਂ, ਟਾਈਮ ਲੰਘ ਗਿਆ। ਕਹਿਣ ਤੋਂ ਭਾਵ ਇਹ ਹੈ ਜੇ ਭਾਗ ਚੰਗੇ ਨਾ ਹੋਣ, ਲੋਕ ਗੁਰਦੁਆਰੇ ਆ ਕੇ ਵੀ ਗੱਲਾਂ ਕਰਕੇ ਮੁੜ ਜਾਂਦੇ। ਜੇ ਭਾਗ ਮਾੜੇ ਹੋਣ, ਗੁਰਦੁਆਰੇ ਆ ਕੇ ਵੀ ਗੱਲਾਂ ਕਰਕੇ, ਨੁਕਸ ਕੱਢ ਕੇ, ਨਿੰਦਿਆ ਕਰਕੇ ਮੁੜ ਜਾਣਗੇ। ਕੋਈ ਬੰਦਾ ਨਾਮ ਨਹੀਂ ਜਪ ਸਕਦਾ ਸਾਧ ਸੰਗਤ, ਨਾਮ ਉਹੀ ਉਹ ਜਪੇਗਾ ਜਿਹਦੇ ਮਸਤਕ ਦੇ ਭਾਗ ਵੱਡੇ ਨੇ। ਹੁਣ ਸਵਾਲ ਪੈਦਾ ਹੋਇਆ, ਸੰਗਤ ਵਿੱਚ ਬਹਿ ਕੇ ਕਰਨਾ ਕੀ ਹੈ? ਮੈਂ ਕਿਉਂ ਤੁਹਾਨੂੰ ਬੇਨਤੀ ਕੀਤੀ ਮੋਬਾਈਲ ਫੋਨ ਥੋੜੇ ਮਿੰਟਾਂ ਲਈ ਬੰਦ ਕਰ ਦਿਓ? ਕਿਉਂ ਕਿਹਾ ਭਾਈ ਨੇੜੇ ਨੇੜੇ ਹੋ ਕੇ ਬਹਿ ਜਾਓ। ਇੱਥੇ ਸੰਗਤ ਵਿੱਚ ਬਹਿ ਕੇ ਕੰਮ ਕੀ ਕਰਨਾ, ਇਹ ਵੀ ਸੁਣਨਾ ਚਾਹੀਦਾ। ਰੋਜ਼ ਗੁਰੂ ਅਰਜਨ ਦੇਵ ਮਹਾਰਾਜ ਯਾਦ ਕਰਾਉਂਦੇ, ਕਹਿੰਦੇ ਸੰਗਤ ਵਿੱਚ ਤੇਰਾ ਸਿਰਫ ਕੇਵਲ ਓਨਲੀ ਇੱਕੋ ਹੀ ਕੰਮ ਹੈ, ਹੋਰ ਦੂਜਾ ਕੋਈ ਕੰਮ ਨਹੀਂ। ਜਦੋਂ ਗੁਰੂ ਦੇ ਦਰਬਾਰ ਸੰਗਤ ਵਿੱਚ ਬੈਠੇ, ਉਹ ਭਲਿਆ ਤੇਰਾ ਇੱਕੋ ਹੀ ਕੰਮ ਹੈ, ਤੇਰਾ ਮਾਨਸ ਜਨਮ ਸਫਲ ਹੋ ਸਕਦਾ ਜੇ ਤੂੰ ਉਹ ਇੱਕ ਕੰਮ ਕਰ ਲੈ। ਉਹ ਕੰਮ ਕੀ ਹੈ? ਸੰਗਤ ਵਿੱਚ ਬਹਿ ਕੇ ਜਿੰਨੀ ਦੇਰ ਬਹਿਣਾ ਆਪਣੀ ਸੁਰਤੀ ਮਨ ਵਿੱਚ ਜਪ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ, ਆਖੋ ਵਾਹਿਗੁਰੂ 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 ਵਾਹਿਗੁਰੂ, ਰੋਜ਼ ਪਾਤਸ਼ਾਹ ਪੜ੍ਹਾਉਂਦੇ ਪੜ੍ਹੋ।
ਅਸਾਮ ਲਾ ਪੰਜਵਾ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਵਧੀਆ ਪੜੋ ਕਈ ਪ੍ਰਾਪਤ ਮਨੁੱਖ ਦੇ ਹਾਂ ਤੁਹਾਡੀ ਆਵਾਜ਼ ਹੋਣੀ ਚਾਹੀਦੀ ਹੈ। ਦੇਖੋ ਤੁਸੀਂ ਇੰਨੇ ਬੈਠੇ ਆ, ਮੈਂ ਇਹ ਕਦੇ ਵੀ ਨਹੀਂ ਸੋਚਦਾ ਹੁੰਦਾ ਕਥਾ ਕਰਨ ਲੱਗਿਆ ਵੀ ਬਹੁਤ ਬੰਦੇ ਹੋਣੇ ਚਾਹੀਦੇ। ਜਬ ਆਪ ਘਰ ਬਨਾਤੇ ਹੈਂ ਆਪ